ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਇਸ ਵਕਤ ਅਲੀਕਾ ਅਨਾਜ ਮੰਡੀ ਦੇ ਵਿੱਚ ਮੌਜੂਦ ਹਾਂ ਅਤੇ ਮੇਰੇ ਨਾਲ ਹਰਿਆਣਾ ਰਾਸ਼ਟਰੀ ਕਿਸਾਨ ਮੰਚ ਦੇ ਜਿਹੜੇ ਪ੍ਰਧਾਨ ਲਖਵਿੰਦਰ ਸਿੰਘ ਜੀ ਉਹ ਵੀ ਮੌਜੂਦ ਹੈ। ਸੋ ਕੀ ਕਾਰਨ ਹੈ, ਕਿਸ ਵਜ੍ਹਾ ਦੇ ਨਾਲ ਇਹਨਾਂ ਨੂੰ ਅੱਜ ਅਨਾਜ ਮੰਡੀ ਦੇ ਵਿੱਚ ਪਹੁੰਚਣਾ ਪਿਆ, ਆਓ ਗੱਲਬਾਤ ਕਰਦੇ ਉਹਨਾਂ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਖਵਿੰਦਰ ਸਿੰਘ ਜੀ, ਕੀ ਕਾਰਨ ਹੈ ਅੱਜ ਅਨਾਜ ਮੰਡੀ ਦੇ ਵਿੱਚ ਪਹੁੰਚੋ? ਦੇਖੋ ਜੀ ਪੱਤਰਕਾਰ ਜੀ, ਪਹਿਲੇ ਤਾਂ ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਵੀ ਜੋ ਤੁਸੀਂ ਲੋਕਾਂ ਦੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਹੋ। ਅੱਜ ਤੁਸੀਂ ਮੰਡੀ ਦੇ ਵਿੱਚ ਪਹੁੰਚੇ ਹੋ, ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ। ਆ ਸਾਡੇ ਨਾਲ ਮਜ਼ਦੂਰ ਭਾਈ ਆੜ੍ਹਤੀ ਐਸੋਸੀਏਸ਼ਨ ਦੇ ਜਿਹੜੇ ਬੰਦੇ ਸਾਰੇ ਖੜ੍ਹੇ ਨੇ। ਮੰਡੀ ਦਾ ਤੁਸੀਂ ਹਾਲਾਤ ਦੇਖੋ, ਇੱਥੋਂ ਇੱਕ ਵੀ ਦਾਣਾ ਹਜੇ ਨਹੀਂ ਚੱਕਿਆ ਜਾ ਰਿਹਾ, ਟਰੱਕ ਲੋਡਿੰਗ ਵਾਸਤੇ ਨਹੀਂ ਮਿਲ ਰਹੇ। ਜੇ ਕੋਈ ਦੋ ਚਾਰ ਟਰੱਕ ਲੋਡਿੰਗ ਵਾਸਤੇ ਆਏ ਹੈ ਤਾਂ ਅੱਗੇ ਗੋਦਾਮਾਂ ਦੇ ਵਿੱਚ ਹੈ, ਜਿਹੜੀ ਸਰਕਾਰ ਦੇ ਸਰਕਾਰ ਤੋਂ ਲੇਬਰ ਹੈ ਜਿਹੜੀ ਉਹ ਮੁਹੱਈਆ ਨਹੀਂ ਕਰਵਾਈ ਜਾ ਰਹੀ। ਕੱਲ੍ਹ ਆੜ੍ਹਤੀਆਂ ਨਾਲ ਵੀ ਗੱਲ ਹੋਈ, ਕਿਉਂਕਿ ਜੇ ਇੱਥੋਂ ਦਾਣਾ ਮੰਡੀ 'ਚੋਂ ਫਸਲ ਚੱਕ ਕੇ ਉਹਦੇ ਗੇਟ ਪਾਸ ਕੱਟੇ ਜਾਣਗੇ ਤਾਂ ਹੀ ਤਾਂ ਆੜ੍ਹਤੀਏ ਦੇ ਥਰੂ ਸਾਡੇ ਖਾਤਿਆਂ 'ਚ ਪੇਮੈਂਟ ਆਉਣੀ ਹੈ। ਕਿਸਾਨ ਬਹੁਤ ਜ਼ਿਆਦਾ ਤੰਗ ਹੈ, ਕਿਸਾਨ ਆੜ੍ਹਤੀ ਕੋਲ ਗੇੜੇ ਮਾਰੇ ਵੀ ਸਾਡੀ ਪੇਮੈਂਟ ਹਜੇ ਨਹੀਂ ਆਈ। ਤੁਹਾਨੂੰ ਪਤਾ ਵੀ 10-15 ਦਿਨਾਂ ਤੋਂ ਜਿਹੜੀ ਫਸਲ ਉਹ ਵੱਢੀ ਗਈ ਹੈ, ਪੇਮੈਂਟ ਹਜੇ ਕਿਸੇ ਦੇ ਖਾਤੇ ਨਹੀਂ ਪੈ ਰਹੀ। ਕਿਉਂ ਨਹੀਂ ਪੈ ਰਹੀ? ਜੇ ਉਹ ਮਾਲ ਗੋਦਾਮ ਦੇ ਵਿੱਚ ਪਹੁੰਚੂਗਾ, ਗੇਟ ਪਾਸ ਕੱਟੇ ਜਾਣੇ ਹੈ, ਤਾਂ ਹੀ ਇਹ ਪੇਮੈਂਟਾਂ ਇੱਥੇ ਪਹੁੰਚਣੀਆਂ ਨੇ। ਕੱਲ੍ਹ ਜ਼ਿਮੀਂਦਾਰਾਂ ਨੇ ਵੀ ਆੜ੍ਹਤੀਆਂ ਨੇ ਵੀ ਸਾਡੇ ਨਾਲ ਗੱਲ ਕਰੀ ਤਾਂ ਅਸੀਂ ਉਸ ਮੰਗਾਂ ਨੂੰ ਲੈ ਕੇ ਅੱਜ ਮੰਡੀ ਦੇ ਵਿੱਚ ਇੱਥੇ ਆਏ। ਦੇਖਿਆ ਹਾਲਾਤ ਤੁਸੀਂ ਵੀ ਦੇਖਿਆ, ਬਹੁਤ ਬੁਰੇ ਨੇ, ਕਿਉਂਕਿ ਤੋਲਣ ਨੂੰ ਇੱਥੇ ਜਗ੍ਹਾ ਨਹੀਂ ਹੈ। ਅਸੀਂ ਸਰਕਾਰ ਨੂੰ ਤੁਹਾਡੇ ਚੈਨਲ ਦੇ ਰਾਹੀਂ ਮਾਧਿਅਮ ਦੇ ਵਿੱਚ ਆਏ, ਮੈਂ ਅਸੀਂ ਚੇਤਾਵਨੀ ਦਿੰਦੇ ਹਾਂ ਵੀ 2 ਦਿਨਾਂ ਦੇ ਵਿੱਚ ਇਹਦਾ ਕੋਈ ਹੱਲ ਨਾ ਕੱਢਿਆ ਤਾਂ ਅਸੀਂ ਜਿਹੜੀ ਸਾਡੀ ਯੂਨੀਅਨ ਕਿਨੋਂ, ਚਾਹੇ ਤਾਂ ਕਿਸੇ ਦਫ਼ਤਰ ਦਾ ਘਿਰਾਓ ਜਾਂ ਅਸੀਂ ਰੋਡ ਜਾਮ ਵੀ ਕਰ ਸਕਦੇ ਹਾਂ। ਇਹਨੂੰ 2 ਦਿਨਾਂ ਦੇ ਵਿੱਚ ਪ੍ਰਸ਼ਾਸਨ ਇਹਦਾ ਹੱਲ ਕਰੇ, ਨਹੀਂ ਤਾਂ ਅਸੀਂ ਯੂਨੀਅਨ ਦੇ ਤੌਰ ਤੋਂ ਸਾਰੀ ਯੂਨੀਅਨ ਇਕੱਠੇ ਕਰਕੇ, ਜ਼ਿਮੀਂਦਾਰ ਇਕੱਠੇ ਕਰਕੇ, ਆੜ੍ਹਤੀਆਂ ਇਕੱਠੇ ਕਰਕੇ ਕੋਈ ਵੱਡਾ ਐਕਸ਼ਨ ਲਵਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ? ਰਾਮਚੰਦਰ ਜੀ। ਕੀ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਹੜੀ ਕਣਕ ਦੀ ਪੂਰਤੀ ਨਹੀਂ ਹੋ ਰਹੀ? ਮੁਸ਼ਕਿਲ ਤਾਂ ਆਪਕੇ ਸਾਹਮਣੇ ਹੈ ਜੀ, ਬਹੁਤ ਜ਼ਿਆਦਾ ਮੁਸ਼ਕਿਲ ਹੋ ਰਹੀ ਹੈ। ਟਰੱਕਾਂ ਮਿਲ ਨਹੀਂ ਰਹੀ, ਆਗੇ ਗੋਦਾਮਾਂ ਮੇਂ ਲੇਬਰ ਹੈ ਨਹੀਂ, ਔਰ ਜ਼ਿੰਮੇਦਾਰਾਂ ਕੇ ਖਾਤੋਂ ਮੇਂ, ਜ਼ਿੰਮੇਦਾਰ ਹਮਾਰੇ ਕੋ ਕਹਿ ਰਹੇ ਹੈ ਕਿ ਆਪਕੇ ਖਾਤੇ ਮੇਂ, ਹਮਾਰੇ ਖਾਤੇ ਮੇਂ ਪੇਮੈਂਟ ਆ ਨਹੀਂ ਰਹੀ, ਤੋ ਹਮ ਕਿਸ ਲਈ ਭੇਜੇ ਯਹਾਂ ਪਰ, ਟਰੱਕ ਆ ਨਹੀਂ ਰਹੇ ਤੋ ਪੇਮੈਂਟ ਮਾਲ ਉੱਠੇਗਾ, ਫਿਰ ਵੀ ਉਨ ਜ਼ਿੰਮੇਦਾਰਾਂ ਕੇ ਖਾਤੇ ਮੇਂ ਪੇਮੈਂਟ ਜਾਏਗੀ। ਬੜੀ ਮੁਸ਼ਕਿਲ ਕਾ ਸਾਹਮਣਾ ਕਰਨਾ ਪੜ ਰਿਹਾ ਜੀ ਹਮਾਰੇ ਕੋ, ਔਰ ਹਮਾਰੀ ਲੇਬਰ ਹਮਾਰੇ ਕੋ ਕਹਿ ਰਹੀ ਹੈ ਕਿ ਵੀ ਆਪ ਮਾਲ ਉਠਾਓ, ਮਾਲ ਉਠਾਓ, ਹਮ ਕਹਾਂ ਸੇ ਮਾਲ ਉਠਵਾਏ, ਟਰੱਕ ਆਏਗਾ, ਸਰਕਾਰ ਭੇਜੇਗੀ, ਫਿਰ ਹੀ ਆਏਗਾ, ਫਿਰ ਉੱਠੇਗਾ, ਫਿਰ ਵੀ ਲੇਬਰ ਵਿਚਾਰੀ ਬੇਲੇ ਬੇਲੇ ਆਪਣਾ ਰਾਸ਼ਨ ਖਾ ਰਹੀ ਹੈ, ਫ੍ਰੀ ਮੇ ਖਾ ਰਹੀ ਹੈ, ਕਿਆ ਕਰੇ ਹਮ, ਬਤਾਓ, ਮਜਬੂਰ ਹੈ ਹਮ। ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ? ਪ੍ਰਸ਼ਾਸਨ ਦੇ ਨਾਲ ਗੱਲਬਾਤ ਤਾਂ ਬਾਬੂ ਜੀ ਐਸੇ ਹੈ, ਅਭੀ ਤੱਕ ਤੋਂ ਪ੍ਰਸ਼ਾਸਨ ਕੇ ਪਾਸ ਜਾ ਵੀ ਆਏ, DC ਕੇ ਪਾਸ, ADC ਕੇ ਪਾਸ ਜਾ ਵੀ ਆਏ, ਕੋਈ ਐਕਸ਼ਨ ਨਹੀਂ ਲੈ ਰਹੇ ਅਭੀ ਤੱਕ। ਕਹਤਾ ਹੈ ਹਮਾਰੀ ਲਿਫਟਿੰਗ ਕੇ ਬਾਰੇ ਮੇਂ ਬਾਤ ਮਤ ਕਰੋ, ਔਰ ਕੋਈ ਵੀ ਬਾਤ ਹੈ ਹਮਾਰੇ ਸੇ ਬਾਤ ਕਰ ਲੋ, ਔਰ ਹਮ ਕਿਆ ਬਾਤ ਕਰੇ ਉਨਸੇ। ਪੱਤਰਕਾਰ ਜੀ, ਤੁਸੀਂ ਦੇਖਿਆ ਮਜ਼ਦੂਰ ਭਾਈ ਖੜੇ ਆ, ਇਹਨਾਂ ਨੂੰ ਅੱਜ 1-1 ਰੁਪਏ ਦਾ ਮੁਹਤਾਜ ਹੋਣਾ ਪੈ ਰਿਹਾ, ਕਿਉਂਕਿ ਜੇ ਆੜ੍ਹਤੀ ਦੁਕਾਨ ਤੇ ਕੰਮ ਕਰਨਗੇ ਇਹਨਾਂ ਨੂੰ ਕੋਈ ਮਾਲ ਭਰਿਆ ਜਾਊਗਾ, ਇਹਨਾਂ ਦਾ ਵੀ ਠੀਕ ਹੈ ਗੱਟਿਆਂ ਵਾਂਗ, ਜੇ ਗੱਟੇ ਭਰੇ ਜਾਣਗੇ ਤਾਂ ਇਹਨਾਂ ਨੂੰ ਪੇਮੈਂਟ ਮਿਲਦੀ ਹੈ, ਅੱਜ ਇਹਨਾਂ ਨੂੰ ਚਾਹ ਕੁੜ ਦੇ ਵੀ ਲਾਲੇ ਭਰ ਦੇ। ਦੂਜੇ ਪਾਸੇ ਸਰਕਾਰ ਅੱਜ ਇਲੈਕਸ਼ਨ ਹੈ, ਉਹਨਾਂ ਦੇ ਜਿਹੜੇ ਮੰਤਰੀ ਸੰਤਰੀ ਹੈ ਉਹਨਾਂ ਨੂੰ ਘਰ ਘਰ ਜਾ ਕੇ ਵੋਟਾਂ ਮੰਗਣ ਦਾ ਟਾਈਮ ਤਾਂ ਹੈ, ਕਿਸੇ ਮੰਡੀ ਦਾ ਜਾਂ ਕਿਸੇ ਸ਼ਹਿਰ ਦੇ ਵਿੱਚ ਜਿੰਨੀਆਂ ਮੰਡੀਆਂ ਕਿਸੇ ਦਾ ਵੀ ਉਹਨਾਂ ਨੇ ਦੌਰਾ ਕਰਕੇ, ਕਿਸੇ ਮਜ਼ਦੂਰ ਭਾਈ ਦਾ, ਕਿਸੇ ਕਿਸਾਨ ਭਾਈ ਦਾ, ਕਿਸੇ ਆੜ੍ਹਤੀ ਭਾਈ ਦਾ, ਕੋਈ ਜਾ ਕੇ ਦੁੱਖ ਦਰਦ ਸੁਣਨ ਦਾ ਉਹਨਾਂ ਕੋਲ ਟਾਈਮ ਹੀ ਨਹੀਂ ਹੈ, ਵੋਟਾਂ ਮੰਗਣ ਜਾ ਰਹੇ ਨੇ। ਤੇ ਵੋਟਾਂ ਦੇ ਹਾਲਾਤ ਤੁਸੀਂ ਦੇਖਿਆ ਜੀ, ਇਹੀ ਹਾਲਾਤ ਰਹੇ, ਇਹਨਾਂ ਨੂੰ ਵੋਟਾਂ ਕੀ ਵੋਟਾਂ ਸਾਥੇ ਜੁੱਤੀਆਂ ਮਿਲਣੀਆਂ ਮੰਡੀਆਂ ਦੇ ਵਿੱਚੋਂ, ਕਿਉਂਕਿ ਮੰਡੀਆਂ ਦੇ ਵਿੱਚ ਉਹਨਾਂ ਕੀ ਅੱਜ ਉਹਨਾਂ ਪਹੁੰਚਣ ਦਾ ਫਰਕ ਨਹੀਂ ਹੈ। ਇੱਕ ਪਾਸੇ ਬਿਆਨ ਦੇ ਰਹੇ ਹੋ ਅਸੀਂ ਕਿਸਾਨਾਂ ਦਾ ਦਾਣਾ ਦਾਣਾ ਚੱਕ ਕੇ ਥੋੜੇ ਦਿਨਾਂ 'ਚ ਪੇਮੈਂਟ ਦੇ ਖਾਤੇ ਪਾ ਦੇਵਾਂਗੇ, ਤੇ ਅੱਜ ਹਾਲਾਤ ਤੁਸੀਂ ਮਜ਼ਦੂਰਾਂ ਦੇ ਤੇ ਆੜ੍ਹਤੀਆਂ ਦੇ ਤੇ ਜ਼ਿਮੀਂਦਾਰਾਂ ਦੇ ਦੇਖ ਲਏ, ਤੇ ਮੈਂ ਦੁਬਾਰਾ ਫਿਰ ਤੁਹਾਡੇ ਮਾਧਿਅਮ ਤੇ ਚੇਤਾਵਨੀ ਦਿੰਦਾ ਕਿ ਅਸੀਂ 2 ਦਿਨ ਦਾ ਟਾਈਮ ਦਿੰਦੇ ਨਹੀਂ, 2 ਦਿਨਾਂ ਬਾਅਦ ਕੋਈ ਪ੍ਰੋਟੈਕਸ਼ਨ ਲਵਾਂਗੇ।